ਪਤਨੀ ਬਾਜ਼ਾਰ ਗਏ ਸੀ ਤੇ ਪਤਨੀ ਕਹਿੰਦੀ ਹੈ ਕਿਲੋ ਮਟਰ ਲੈ ਲਵਾਂ, ਕਿਲੋ ਮਟਰ ਲੈ ਲਵਾਂ। ਤੇ ਪਤੀ ਕਹਿਣ ਲੱਗਾ ਲੈ ਲੈ ਜਿੰਨੇ ਲੈਣੇ ਤੇਰੀ ਮਰਜ਼ੀ ਆ। ਪਤਨੀ ਕਹਿੰਦੀ ਮੈਂ ਤੁਹਾਡੀ ਰਾਏ ਨਹੀਂ ਪੁੱਛ ਰਹੀ, ਮੈਂ ਪੁੱਛ ਰਹੀ ਹਾਂ ਕਿਲੋ ਛਿੱਲ ਲਓਗੇ ਕਿ ਕੱਟ ਲਓਗੇ। ਇੱਕ ਮੰਗਤਾ ਆਇਆ ਤੇ ਕਹਿੰਦਾ ਦਰਵਾਜ਼ਾ ਖੜਕਾ ਕੇ, ਭੈਣ ਜੀ ਬਾਬਾ ਭੁੱਖਾ ਹੈ, ਕੁਝ ਦੇ ਦਿਓ ਖਾਣ ਨੂੰ। ਅੰਦਰੋਂ ਆਵਾਜ਼ ਆਉਂਦੀ ਹੈ ਤੇਰੀ ਭੈਣ ਪੇਕੇ ਗਈ ਹੈ, ਅੱਜ ਤੇਰਾ ਜੀਜਾ ਵੀ ਭੁੱਖਾ ਹੀ ਹੈ। ਇੱਕ ਆਦਮੀ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਉਹ ਹਸਪਤਾਲ ਗਿਆ ਤੇ ਉੱਥੇ ਦੇਖਿਆ ਉਹਨੇ ਇੱਕ ਆਦਮੀ ਦੀਆਂ ਦੋਵੇਂ ਲੱਤਾਂ ਦੀ ਹੱਡੀ ਟੁੱਟੀ ਹੋਈ ਸੀ। ਉਹ ਹੌਲੀ ਜਿਹੀ ਬੜੀ ਮਾਸੂਮੀਅਤ ਨਾਲ ਉਹਨੂੰ ਕਹਿੰਦਾ ਤੇਰੀਆਂ ਦੋ ਪਤਨੀਆਂ ਨੇ। ਪਤਨੀ ਕਹਿੰਦਾ ਪਤਨੀ ਨੂੰ ਮੈਂ ਨਾ ਦੂਜੇ ਮੁਲਕ ਟੂਰ ਤੇ ਜਾ ਰਿਹਾ। ਤਾਂ ਪਤਨੀ ਕਹਿੰਦੀ ਹੈ ਜੇ ਇੰਡੀਆ ਜਾਓ ਤਾਂ ਮੇਰੇ ਵਾਸਤੇ ਸਾੜੀ ਲਿਆਣਾ, ਤੇ ਜੇ ਦੁਬਈ ਜਾਓ ਤਾਂ ਸੋਨੇ ਦਾ ਹਾਰ ਲਿਆਣਾ, ਤੇ ਜੇ ਫਰਾਂਸ ਜਾਓ ਤਾਂ ਉੱਥੋਂ ਪਰਫਿਊਮ ਲੈ ਕੇ ਆਉਣਾ। ਪਤੀ ਦੁਖੀ ਹੋ ਕੇ ਕਹਿੰਦਾ ਜੇ ਨਰਕ ਜਾਵਾਂ ਤਾਂ ਉੱਥੋਂ ਕੀ ਭੇਜਾਂ, ਪਤਨੀ ਕਹਿੰਦੀ ਉੱਥੋਂ ਵੀਡੀਓ ਭੇਜ ਦੇਣਾ, ਮੈਂ ਵੀ ਦੇਖਾਂ ਮੈਨੂੰ ਸਤਾਨ ਵਾਲੇ ਦਾ ਉੱਥੇ ਕੀ ਹਾਲ ਹੋ। ਪਤੀ ਪਤਨੀ ਇੱਕ ਪਾਰਟੀ ਵਿੱਚ ਗਏ ਤੇ ਉੱਥੇ ਇੱਕ ਬੰਦਾ ਬੜਾ ਨੱਚ ਰਿਹਾ ਸੀ। ਪਤਨੀ ਕਹਿੰਦੀ ਹੈ ਇਹਨੂੰ ਮੈਂ 10 ਸਾਲ ਪਹਿਲਾਂ ਵਿਆਹ ਵਾਸਤੇ ਰਿਜੈਕਟ ਕਰ ਦਿੱਤਾ, 10 ਸਾਲ ਪਹਿਲਾਂ ਵਿਆਹ ਵਾਸਤੇ ਰਿਜੈਕਟ ਕੀਤਾ ਸੀ। ਤੇ ਪਤੀ ਕਹਿੰਦਾ ਦੇਖੋ ਹਾਲੇ ਤੱਕ ਖੁਸ਼ੀ ਮਨਾ ਰਿਹਾ।